ਸਤਿ ਸ਼੍ਰੀ ਅਕਾਲ ਦੋਸਤੋ, ਮਾਡਰਨ ਖੇਤੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ। ਇਸ ਚੈਨਲ ਦੁਆਰਾ ਅਸੀਂ ਆਪਣੇ ਕੁਝ ਵਿਚਾਰ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ। ਇੱਥੇ ਕਿ ਇੱਕ ਕਿਸਾਨੀ ਦੇ ਨਾਲ ਜਿਹੜੀ ਲੁੱਟ ਹੋ ਰਹੀ ਹੈ, ਜਿਹਨੂੰ ਅਸੀਂ ਇੱਕ ਬੀਜ ਮਾਫੀਆ ਦਾ ਨਾਮ ਦੇ ਸਕਦੇ ਹਾਂ ਦੋਸਤੋ, ਇਹਦੇ ਵਿੱਚ ਕਿਸਾਨਾਂ ਨੂੰ ਵੀ ਅਸੀਂ ਓਨੇ ਹੀ ਜ਼ਿੰਮੇਦਾਰ ਮੰਨਦੇ ਹਾਂ ਜਿੰਨੇ ਕਿ ਬੀਜ ਵੇਚਣ ਵਾਲੇ ਨੇ, ਜਾਂ ਫਿਰ ਜਿਹਨੂੰ ਬੀਜ ਮਾਫੀਆ ਦਾ ਆਪਾਂ ਨਾਮ ਦੇ ਸਕਦੇ ਹਾਂ। ਅਸੀਂ ਵੀ ਇੱਥੋਂ ਤੱਕ ਕਿ ਇਹਦੇ ਵਿੱਚ ਆਉਂਦੇ ਹਾਂ, ਅਸੀਂ ਨੇ ਖੁਦ ਵੀ ਇਹ ਬੀਜ ਖਰੀਦੇ ਨੇ, ਤਾਂ ਹੀ ਸਾਡੇ ਨਾਲ ਤਜਰਬੇ ਹੋਏ ਨੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਸਾਲ ਜਿਹੜਾ ਇਸੇ ਸਾਲ ਦੇ ਵਿੱਚ ਜਿਹੜਾ 2019 ਦੇ ਵਿੱਚ ਝੋਨੇ ਦਾ ਬੀਜ ਆ ਜਿਹੜਾ ਆਪਾਂ ਨੇ ਖਰੀਦਿਆ ਜਾਂ ਥੈਲੀਆਂ ਖਰੀਦੀਆਂ ਨੇ, ਇੱਥੋਂ ਤੱਕ ਕਿ ਬਾਸਮਤੀ ਦੇ ਵਿੱਚ ਵੀ ਇਹ ਜਿਹੜੀ ਆ ਲੁੱਟ ਉਹ ਹੋਈ ਹੈ। ਬਾਸਮਤੀ ਦੇ ਬੀਜ ਨੇ ਜਿਹੜੇ ਉਹ ਖਰੀਦੇ ਗਏ ਸੀਗੇ, ਜਿਵੇਂ 1401 ਦਾ ਬੀਜ ਖਰੀਦਿਆ ਆਪਣੇ, ਅਤੇ ਉਹਦੇ ਵਿੱਚੋਂ 17-18 ਬੀਜ ਆ ਜਿਹੜਾ 11-21 ਦੀ ਵਰਾਇਟੀ ਆ ਉਹ ਨਿਕਲਿਆ ਆ, ਭਾਵ ਕਿ ਉਹਦੀ ਲਾਈਨ ਆ ਜਿਹੜੀ ਉਹੀ ਚੇਂਜ ਹੋ ਗਈ ਬਾਸਮਤੀ ਦੀ। ਅਤੇ ਦੂਜੇ ਨੰਬਰ 'ਤੇ ਅਸੀਂ ਨੇ ਖੁਦ ਜਿਹੜਾ ਪੀਲੀ ਪੂਛਾ ਦਾ ਬੀਜ ਖਰੀਦਿਆ ਸੀਗਾ। ਵੈਸੇ ਤਾਂ ਆਪਣੇ ਕੋਲ ਪਿਛਲੇ ਕਈ ਸਾਲਾਂ ਤੋਂ ਆਪਾਂ ਪੀਲੀ ਪੂਛਾ ਦਾ ਝੋਨਾ ਜਿਹੜਾ ਉਹ ਲਾਉਂਦੇ ਆ ਰਹੇ ਹਾਂ, ਬੀਜ ਆਪਣੇ ਕੋਲ ਹੁੰਦਾ ਸੀਗਾ, ਪਰ ਅਸੀਂ ਸੋਚਿਆ ਵੀ ਚਲੋ ਬੀਜ ਜਿਹੜਾ ਚੇਂਜ ਹੋ ਜੂਗਾ, ਏਰੀਆ ਚੇਂਜ ਹੋ ਜੂਗਾ ਬੀਜ ਦਾ, ਤਾਂ ਕਿ ਅਗਲੇ ਸਾਲ ਉਹ ਨਵੇਂ ਬੀਜ ਦੇ ਵਿੱਚੋਂ ਰੱਖ ਲਾਂਗੇ। ਪਰ ਉਹ ਨਵਾਂ ਬੀਜ ਉਹ ਖਰੀਦਣ ਦੇ ਉੱਤੇ ਸ਼ਾਇਦ ਜਿਹੜਾ ਉਹ ਬੀਜ ਅਸੀਂ ਨੇ ਖਰੀਦਿਆ ਉਹ ਸਾਨੂੰ CR212 ਲੱਗ ਰਿਹਾ, ਉਹਦੇ ਜਿਹੜੇ ਨੇ ਸਿਮਟਮ ਜੀ ਉਹ ਮੈਚ ਹੋ ਰਹੇ ਨੇ CR212 ਨਾਲ, ਪਰ ਉਹ ਜਿਹੜੀ ਆ ਪੀਲੀ ਪੂਛਾ ਬੀਜ ਆ ਜਿਹੜਾ ਉਹ ਝੋਨਾ ਨਹੀਂ ਹੈਗਾ। ਅਤੇ ਇੱਥੇ ਇੰਨਾ ਵੀ ਅਸੀਂ ਸ਼ੁਕਰ ਗੁਜ਼ਾਰ ਹਾਂ ਵੀ ਉਹ ਕੋਈ ਜ਼ਿਆਦਾ ਮਾੜਾ ਬੀਜ ਨਹੀਂ ਹੈਗਾ ਜਾਂ ਘੱਟ ਝਾੜ ਵਾਲਾ ਬੀਜ ਨਹੀਂ ਹੈਗਾ ਵੀ ਜਿਹਦੇ ਨਾਲ ਜਿਹੜੀ ਬਹੁਤ ਜ਼ਿਆਦਾ ਵੱਡੀ ਪਰੇਸ਼ਾਨੀ ਆ ਜਾਂਦੀ। ਅਤੇ ਸੋ ਦੋਸਤੋ, ਗੱਲ ਆਪਾਂ ਇਹ ਕਰਨੀ ਚਾਹੁੰਦੇ ਹਾਂ ਅਸਲ ਦੇ ਵਿੱਚ ਵੀ ਪਲੀਜ਼ ਕਿਰਪਾ ਕਰਕੇ ਸਭ ਤੋਂ ਪਹਿਲਾਂ ਤਾਂ ਪਹਿਲ ਦਿਓ ਤੁਸੀਂ ਵੀ ਹੱਥਾਂ ਨਾਲ ਝਾੜ ਸਕਦੇ ਹਾਂ ਜੇ ਆਪਾਂ, ਕੋਸ਼ਿਸ਼ ਕਰੋ ਵੀ, ਕਿਉਂਕਿ ਆਪਾਂ ਇੰਨੀ 6 ਮਹੀਨੇ ਮਿਹਨਤ ਕਰਦੇ ਹਾਂ, ਆਪਾਂ 2-4 ਘੰਟੇ ਤਾਂ ਕੱਢ ਕੇ ਇੰਨਾ ਕੁ ਕੰਮ ਕਰ ਹੀ ਸਕਦੇ ਹਾਂ ਕਿ ਆਪਾਂ ਸਭ ਤੋਂ ਪਹਿਲਾਂ ਤਾਂ ਆਪਣੇ ਆਪਣਾ ਖੇਤ ਆ ਜਿਹੜਾ ਉਹ ਸਿਲੈਕਟ ਕਰੀਏ ਬੀਜ ਰੱਖਣ ਵਾਸਤੇ, ਜਿਹੜਾ ਬਹੁਤ ਵਧੀਆ ਆਪਣਾ ਖੇਤ ਆਪਾਂ ਨੂੰ ਲੱਗਦਾ ਵੀ ਇਹ ਖੇਤ ਵਧੀਆ ਤਰੀਕੇ ਨਾਲ ਸਾਫ਼ ਸੁਥਰਾ, ਉਹਦੇ ਵਿੱਚੋਂ ਬੂਟੇ ਕੱਢ ਦਈਏ ਦੈੜੀ ਦੇ ਵਿੱਚੋਂ ਜਿਹੜਾ ਆਪਾਂ ਨੇ ਉਹ ਬੀਜ ਰੱਖਣਾ। ਅਤੇ ਉਸ ਬੂਟੇ ਕੱਢੀ ਹੋਈ ਦੈੜੀ ਨੂੰ ਹੱਥਾਂ ਦੇ ਨਾਲ ਵੱਢ ਕੇ ਆਪਾਂ ਢੋਲ ਦੇ ਉੱਤੇ ਝਾੜ ਲਈਏ, ਉਹਨੂੰ 2-3 ਸੱਟਾਂ ਹੀ ਮਾਰੀਏ, ਤਾਂ ਕਿ ਹੈਵੀ ਹੈਵੀ ਦਾਣੇ ਨੇ ਜਿਹੜੇ ਹੈਲਦੀ ਦੇ ਦਾਣੇ, ਤੰਦਰੁਸਤ ਦਾਣੇ ਨੇ, ਉਹ ਆਪਣਾ ਪੱਲੀ ਦੇ ਉੱਤੇ ਝੜ ਜਾਣ। ਅਤੇ ਉਹਨੂੰ ਬਾਅਦ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਕੇ ਆਪਾਂ ਸੰਭਾਲ ਦੇ ਨਾਲ ਉਸ ਬੀਜ ਨੂੰ ਅਗਲੇ ਸਾਲ ਵਾਸਤੇ ਆਪਣੇ ਘਰੇ ਰੱਖ ਲਈਏ। ਅਤੇ ਦੂਜੇ ਨੰਬਰ 'ਤੇ ਇੱਕ ਗੱਲ ਮੈਂ ਇੱਥੇ ਹੋਰ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਦੋਸਤੋ, ਜਿਹੜੀ ਆਪਾਂ ਕਹਿ ਦਿੰਦੇ ਹਾਂ ਵੀ ਝੋਨੇ ਦਾ ਬੀਜ ਤਾਂ ਚਲੋ ਸਸਤਾ ਹੀ ਹੈ, ਕਿਹੜਾ ਜ਼ਿਆਦਾ ਮਹਿੰਗਾ ਹੁੰਦਾ ਵੀ ਆਪਾਂ ਲੈ ਲਾਂਗੇ ਮੁੱਲ, ਉਹ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਕੀ ਪਾ ਕੇ ਦੇਈ ਜਾਂਦੇ ਨੇ ਉਹ ਥੈਲੀਆਂ ਦੇ ਵਿੱਚ। ਇਸ ਸਾਲ ਤਾਂ ਜਿਹੜਾ ਝਟਕਾ ਲੱਗਿਆ ਉਹ ਅਲੱਗ ਹੀ ਹੈ। ਅਤੇ ਪੂਛਾ ਝੋਨੇ ਦੇ ਜਿਹੜੇ ਚਾਹਵਾਨ ਨੇ ਉਹਨਾਂ ਨਾਲ ਤਾਂ ਇੱਥੋਂ ਤੱਕ ਕਿ 150 ਰੁਪਏ ਕਿਲੋ ਤੋਂ ਵੀ ਉੱਪਰ ਜਿਹੜਾ ਬੀਜ ਹੈ ਇਹ ਮਿਲਿਆ, 4500 ਰੁਪਏ ਦੀ 30 ਕਿਲੋ ਦੀ ਥੈਲੀ, ਜਾਂ ਫਿਰ 5000 ਤੱਕ ਵੀ ਥੈਲੀ ਮਿਲੀ ਹੈ। ਆਹ ਆਪਾਂ ਜਿਵੇਂ ਸੋਨੇ ਵਰਗੇ ਦਾਣੇ ਆਪਣੇ ਖੇਤ 'ਤੇ ਛੱਡ ਕੇ ਉਹਨਾਂ ਦੇ ਦਾਗੀ ਦਾਣੇ ਖਰੀਦਦੇ ਹਾਂ, ਆਪਾਂ ਆਪਣੇ ਸੋਨੇ ਵਰਗੇ ਦਾਣੇ ਮੰਡੀਆਂ ਦੇ ਵਿੱਚ ਵੇਚ ਆਉਂਦੇ ਹਾਂ, ਦੇਖ ਲਓ ਤੁਸੀਂ, ਆਹ ਦੇਖ ਸਕਦੇ ਹਾਂ ਆਪਾਂ ਕਿੰਨਾ ਸੋਹਣਾ ਪੂਛਾ 44 ਬੀਜ ਹੈ ਇਹ। ਅਤੇ ਆਪਾਂ ਆਪਣੇ ਸੋਨੇ ਵਰਗੇ ਬੀਜ ਨੇ ਜਿਹੜੇ ਦਾਣੇ ਨੇ ਉਹ ਮੰਡੀ ਦੇ ਵਿੱਚ ਵੇਚ ਆਉਂਦੇ ਹਾਂ, ਅਤੇ ਬਾਅਦ 'ਚ ਜਦੋਂ ਆਪਾਂ ਲਿਆਉਂਦੇ ਹਾਂ ਉਹਨਾਂ ਦੇ ਦਾਗੀ ਦਾਣੇ ਹੁੰਦੇ ਨੇ ਥੈਲੀਆਂ ਦੇ ਵਿੱਚ, ਆਪਾਂ ਸਾਰੇ ਕੱਢਦੇ ਹੀ ਹਾਂ ਜਦੋਂ। ਬਹੁਤ ਵਾਰ ਅਸੀਂ ਨੇ ਆਪਣੇ ਘਰ ਦੇ ਬੀਜ ਨਾਲ ਉਹਨੂੰ ਕੰਪੇਅਰ ਕਰਕੇ ਦੇਖਿਆ, ਆਪਣੇ ਘਰ ਵਾਲਾ ਬੀਜ ਹੁੰਦਾ ਜਿਹੜਾ ਉਹ ਤਾਂ ਆਹ ਦਾਣੇ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਵੀ ਇੱਕ ਵੀ ਦਾਗ ਨਹੀਂ ਹੈਗਾ, ਉਹ ਬਿਲਕੁਲ ਸਾਫ਼ ਹੁੰਦਾ, ਅਤੇ ਉਹਨਾਂ ਦੇ ਜਿਹੜੇ ਬੀਜ ਹੁੰਦੇ ਨੇ ਉਹ ਦਾਗੀ ਹੁੰਦੇ ਨੇ।
ਤੇ ਉਹਦੇ ਵਿੱਚ ਫੜਾ ਵੀ ਹੁੰਦਾ ਹੈ, ਇੱਕ ਨੇ ਬਸ ਭਰਿਆ ਵਾ ਹੁੰਦਾ ਹੈ ਦਬੜੂ ਘੁਸੜੂ ਕੰਮ ਕਰਕੇ। ਤੇ ਇੱਕ ਹੋਰ ਗੱਲ ਇੱਥੇ ਜਿਹੜੀ ਮੇਜਰ ਫੈਕਟਰ ਰੱਖਦੀ ਆ, ਆਪਾਂ ਤਾਂ ਵਧੀਆ ਸਪਰੇਆਂ ਫੰਗੀਸਾਈਡ ਕਰਕੇ ਇਨਸੈਕਟੀਸਾਈਡ ਕਰਕੇ ਆਪਣਾ ਝੋਨਾ ਬਹੁਤ ਵਧੀਆ ਤੰਦਰੁਸਤ ਹੁੰਦਾ। ਤੇ ਉਹਨਾਂ ਦਾ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਕਿਹੜੀ ਉਹਨਾਂ ਨੇ ਸਪਰੇਅ ਕਰੀ ਵੀ ਹੈ ਜਾਂ ਵਧੀਆ ਚੰਗੀ। ਅੱਜ ਕੱਲ੍ਹ ਤਾਂ ਕਿਸਾਨ ਨੇ ਜਿਹੜੇ ਬਹੁਤ ਵਧੀਆ ਫੰਗੀਸਾਈਡ ਵਰਤਣ ਲੱਗ ਗਏ ਨੇ ਮਹਿੰਗੇ, ਤੇ ਉਹਨਾਂ ਦਾ ਇਹੋ ਜਿਹਾ ਹੀ ਬੀਜ ਰੱਖਿਆ ਵਾ ਹੁੰਦਾ। ਸੋ ਦੋਸਤੋ, ਜੇ ਚਲੋ ਤੁਸੀਂ ਹੱਥਾਂ ਨਾਲ ਨਹੀਂ ਵੀ ਝਾੜ ਸਕਦੇ ਤਾਂ ਕਿਰਪਾ ਕਰਕੇ ਇੰਨਾ ਕੁ ਜ਼ਰੂਰ ਕੰਮ ਕਰੋ ਵੀ ਤੁਸੀਂ ਕੋਈ ਕੀਲਾ ਆਪਣਾ ਖੇਤ ਸਿਲੈਕਟ ਕਰ ਲਓ, ਉਹਦੇ ਵਿੱਚੋਂ ਸਾਰੇ ਦੇ ਵਿੱਚੋਂ ਜਿਹੜੇ ਬੂਝੇ ਨੇ ਖਰਾਬ ਨੇ ਜਾਂ ਕਬਾੜ ਨੇ ਕਬਾੜ ਦੇ ਨੇ ਉਹਨਾਂ ਨੂੰ ਉੱਚੇ ਨੀਵੇਂ ਬੂਝਿਆਂ ਨੂੰ ਬਾਹਰ ਕੱਢ ਦਿਓ ਵੱਢ ਕੇ। ਮੈਨੂੰ ਲੱਗਦਾ ਵੀ ਮਸਾਂ 15-20 ਮਿੰਟ ਲੱਗਣਗੇ ਸਾਰੇ ਇੱਕ ਕੀਲੇ ਦੇ ਵਿੱਚ ਫਿਰਨ ਨੂੰ, ਸਾਫ਼ ਜਿਹਾ ਆਪਣਾ ਖੇਤ ਦੇਖ ਕੇ ਕੀਲਾ। ਅਤੇ ਜਦੋਂ ਉਹ ਖੇਤ ਦੇ ਵਿੱਚ ਕੰਬਾਈਨ ਵੜੂਗੀ ਤਾਂ ਪਹਿਲਾ ਗੇੜਾ ਜਿਹੜਾ ਆਪਣਾ ਉਹਨੂੰ ਟਰਾਲੀ ਦੇ ਵਿੱਚ ਪਵਾ ਲਓ ਦੂਸਰੀ ਦੇ ਵਿੱਚ, ਅਤੇ ਵਿਚਾਲੇ ਜੇ ਤੋਂ ਉਸ ਦਾ ਬੀਜ ਆ ਜਿਹੜਾ ਉਹ ਰੱਖਿਆ ਜਾਵੇ ਤਾਂ ਕਿ ਜਿਹੜਾ ਇਹ ਹੋਰ ਖੇਤ ਦੇ ਵਿੱਚੋਂ ਮਿਕਸ ਹੋ ਕੇ ਨਾ ਆਵੇ। ਅਤੇ ਆਪਾਂ ਉਹ ਕੋਸ਼ਿਸ਼ ਕਰੀਏ ਵੀ 2-3 ਥੈਲੇ ਆਪਾਂ ਨੂੰ ਜਿੰਨੇ ਵੀ 4 ਥੈਲੇ 5 ਥੈਲੇ ਬੀਜ ਦੇ ਚਾਹੀਦੇ ਨੇ ਉਹ ਟਰਾਲੀ ਦੇ ਵਿੱਚ ਆਪਾਂ ਸਿੱਧੇ ਭਰ ਲਈਏ। ਜਾਂ ਫਿਰ ਜੇ ਇਸ ਵਾਰ ਤੁਹਾਡੇ ਕੋਲ ਨਹੀਂ ਹੈਗਾ ਸਹੀ ਬੀਜ, ਆਪਣੇ ਕਿਸੇ ਮਿੱਤਰ ਮੇਲੀ ਨੂੰ ਸਕੇ ਸੰਬੰਧੀ ਨੂੰ ਰਿਸ਼ਤੇਦਾਰ ਨੂੰ ਕਹਿ ਕੇ ਤੁਸੀਂ ਬੀਜ ਆ ਜਿਹੜਾ ਉਹ ਰੱਖ ਲਓ, ਕਿਉਂਕਿ ਜੋ ਝੋਨੇ ਦਾ ਬੀਜ ਆ ਜਿਹੜਾ ਥੋੜ੍ਹਾ ਹੀ ਚਾਹੀਦਾ ਹੁੰਦਾ, ਇੰਨਾ ਜ਼ਿਆਦਾ ਕੁਆਂਟਿਟੀ ਦੇ ਵਿੱਚ ਨਹੀਂ ਚਾਹੀਦਾ ਹੁੰਦਾ। ਅਤੇ ਜਿੱਥੋਂ ਤੱਕ ਕਿ ਗੱਲ ਹੈ ਵੀ ਏਰੀਆ ਚੇਂਜ ਹੋਣ ਦੀ, ਝੋਨੇ ਦੇ ਬੀਜ ਦੇ ਵਿੱਚ ਵਾਲੀ ਜ਼ਿਆਦਾ ਏਰੀਏ ਚੇਂਜ ਦੀ ਜ਼ਰੂਰਤ ਨਹੀਂ ਹੁੰਦੀ, ਕਣਕ ਦੇ ਵਿੱਚ ਹੁੰਦੀ ਹੈ ਵੀ ਚਲੋ ਏਰੀਆ ਚੇਂਜ ਹੋਣ ਦੇ ਨਾਲ ਜਿਹੜਾ ਕਣਕ ਦਾ ਝਾੜ ਹੈ ਉਹ ਵੱਧ ਜਾਂਦਾ। ਉੱਥੇ ਆਪਾਂ ਕਣਕ ਦੇ ਵਿੱਚ ਵੀ ਇੱਕ ਹੋਰ ਕੰਮ ਆ ਜਿਹੜਾ ਉਹ ਕਰ ਸਕਦੇ ਹਾਂ, ਆਪਾਂ ਆਪਣੇ ਕਿਸੇ ਰਿਸ਼ਤੇਦਾਰ ਨਾਲ ਜਾਂ ਦੂਰ ਦਾ ਮਿੱਤਰ ਮੇਲੀ ਹੁੰਦਾ ਉਹਦੇ ਨਾਲ ਆਪਾਂ ਗੱਲ ਕਰ ਲਈਏ ਵੀ ਭਾਈ ਤੂੰ ਸਾਨੂੰ 30-86 ਦਾ ਬੀਜ ਰੱਖ ਲਈ, ਮੈਂ ਤੈਨੂੰ ਉਹਨੂੰ ਜਿਹੜਾ ਵੀ ਚਾਹੀਦਾ ਜਾਂ 30-86 ਦਾ ਉਹਨੂੰ ਚਾਹੀਦਾ, ਆਪਾਂ ਵੀ 30-86 ਦਾ ਰੱਖ ਲਈਏ, ਉਹੀ ਸੇਮ ਬੀਜ ਰੱਖ ਲਈਏ, ਅਤੇ ਉਹਦੇ ਨਾਲ ਆ ਜਿਹੜਾ ਆਪਾਂ ਚੇਂਜ ਕਰ ਲਈਏ ਤਾਂ ਉਸ ਨਾਲ ਆਪਣਾ ਜਿਹੜਾ ਏਰੀਆ ਜਿਹੜਾ ਜ਼ਮੀਨ ਦਾ ਬੀਜ ਦਾ ਉਹ ਚੇਂਜ ਹੋ ਜੂਗਾ, ਅਤੇ ਬੀਜ ਦੇ ਜਿਹੜੇ ਮਾੜੇ ਮੋਟਾ ਝਾੜ ਦੇ ਉੱਤੇ ਫਰਕ ਪੈਂਦਾ। ਸੈਂਟੀਫਿਕ ਜਿਹੜਾ ਵਿਗਿਆਨੀ ਕਹਿੰਦੇ ਨੇ ਵੀ ਏਰੀਆ ਚੇਂਜ ਹੋਣ ਨਾਲ ਝਾੜ ਵੱਧ ਜਾਂਦਾ, ਅਤੇ ਉਸ ਦੇ ਵਿੱਚ ਆਪਣਾ ਜਿਹੜਾ ਸੁਧਾਰ ਹੋ ਜਾਂਦਾ। ਦੋਸਤੋ, ਐਡੀ ਕੇ ਇਹ ਸਾਡੇ ਵੱਲੋਂ ਤੁਹਾਨੂੰ ਗੁਜ਼ਾਰਿਸ਼ ਹੈ ਵੀ ਬੀਜ ਆਪਣਾ ਜ਼ਰੂਰ ਘਰ ਦਾ ਰੱਖਿਆ ਜਾ। ਸੋ ਦੋਸਤੋ, ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਅਤੇ ਜਿਨ੍ਹਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਵੀ ਸਬਸਕ੍ਰਾਈਬ ਕਰ ਲਓ, ਅਤੇ ਬੈੱਲ ਦਾ ਆਈਕਨ ਆ ਜਿਹੜਾ ਉਹ ਔਨ ਕਰ ਲਓ। ਧੰਨਵਾਦ ਜੀ।